ਅਸਲਾਮ ਵਾਲੇਕੁਮ ਭਾਈ, ਇਸ ਟਾਈਮ ਅਸੀਂ ਜਾ ਰਹੇ ਹਾਂ ਫੈਸਲਾਬਾਦ ਤੋਂ ਲਾਹੌਰ। ਔਰ ਆਪਾਂ ਇਸ ਟਾਈਮ ਬਸੀਰ ਸਨ ਵਾਲੇ ਟਿਕਟ ਲਈ ਹੈ ਤਕਰੀਬਨ ਪੂਰੇ 2000 ਵਾਲੀ, ਕਿਉਂਕਿ ਇਹ ਬਿਜ਼ਨਸ ਕਲਾਸ ਟਿਕਟ ਸੀ, ਇਸ ਵਾਰ ਸਲੀਪਿੰਗ ਟ੍ਰੇਨ ਸੀ, ਇਸ ਲਈ ਇਹ ਟਿਕਟ ਲਈ ਅਸੀਂ 2000 ਵਾਲੀ। ਇਸ ਟਾਈਮ ਅਸੀਂ ਜਾ ਰਹੇ ਹਾਂ ਫੈਸਲਾਬਾਦ ਤੋਂ ਲਾਹੌਰ। ਔਰ ਇਸ ਟਾਈਮ ਮੇਰੀ ਟਿਕਟ ਦਾ ਜਿਹੜਾ ਨੰਬਰ ਹੈਗਾ ਜੀ, ਉਹ ਹੈਗਾ 31। ਔਰ ਮੈਂ ਇਸ ਟਾਈਮ ਆਉਣਾ ਤਾਂ ਟ੍ਰੇਨ 'ਤੇ ਸੀ, ਪਰ ਤੋਂ ਵੀ ਫੈਸਲਾਬਾਦ ਤਾਂ ਟ੍ਰੇਨ ਆਈ ਹੈ, ਇੱਥੋਂ ਅੱਗੇ ਟ੍ਰੇਨ ਜਾ ਨਹੀਂ ਸਕਦੀ ਕਿਉਂਕਿ ਟ੍ਰੇਨ ਦਾ ਟਾਈਮ ਸੀ ਬਹੁਤ ਜ਼ਿਆਦਾ ਲੇਟ। ਇਸ ਲਈ ਅਸੀਂ ਸੋਚਿਆ ਕਿ ਉਹਨਾਂ ਅਸੀਂ ਫੈਸਲਾਬਾਦ ਹੀ ਤੋਂ ਲਾਹੌਰ ਬੱਸ 'ਤੇ ਜਾਈਏ। ਹੁਣ ਬੱਸ ਇਸ ਟਾਈਮ ਨਿਕਲ ਲੈਂਦੀ ਹੈ, ਅਸੀਂ ਜਣਾ ਹੁਣ ਤੁਹਾਨੂੰ ਮਿਲਾਂਗੇ, ਅਸੀਂ ਲਾਹੌਰ ਜਾ ਕੇ ਲਾਹੌਰ ਜਾ ਕੇ ਤੁਹਾਨੂੰ ਮਿਲਾ ਰਹੇ। ਹੁਣ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਲਾਹੌਰ ਨਿਆਜ਼ੀ ਅੱਡੇ, ਅਸੀਂ ਇਸ ਟਾਈਮ ਮੌਜੂਦ ਹਾਂ ਲਾਹੌਰ ਨਿਆਜ਼ੀ ਅੱਡੇ ਦੇ ਵਿੱਚ। ਇਸ ਟਾਈਮ ਅਸੀਂ ਨਾਸ਼ਤਾ ਕੀਤਾ ਜਿਵੇਂ ਕੋਫਤੇ ਦੇ ਨਾਲ, ਔਰ ਨਾਲ ਨਾਨ ਖਾਧੇ, ਔਰ ਇੱਕ ਬੋਟਲ ਪੀਤੀ ਆ। ਔਰ ਇਸ ਟਾਈਮ ਨਾਸ਼ਤਾ ਕੀਤਾ ਬੜਾ ਮਜ਼ੇ ਦਾ ਨਾਸ਼ਤਾ, ਵੀ ਬਿੱਲ ਤੋਂ 600 ਦਾ ਬਣਿਆ, 660 ਦਾ ਚੀਜ਼ਾਂ ਨਾਲ। ਔਰ ਇਸ ਤੋਂ ਬਾਅਦ ਹੁਣ ਅਸੀਂ ਇਸ ਟਾਈਮ ਮੈਟਰੋ 'ਤੇ ਬਹਿਣ ਲੈਂਦੀ ਆ, ਮੈਟਰੋ ਤੋਂ ਬਾਅਦ ਨਿਕਲਾਂ ਦੇ ਅਲੀ ਟਾਊਨ ਵਾਲੇ ਪਾਸੇ, ਅਲੀ ਟਾਊਨ ਵਾਲੇ ਪਾਸੇ ਨਿਕਲਾਂ ਦੇ ਉੱਥੇ ਜਾ ਕੇ ਜੀ ਇੱਕ ਸੰਡੇ ਤੋਂ ਬਰਫਾਨੀ ਸੰਡੇ ਨੂੰ ਮਿਲਾਂਗੇ, ਉਹਦੀ ਤਸਵੀਰ 'ਚ ਆ ਰਹੀ ਹੋ, ਤੁਸੀਂ ਵੇਖ ਹੀ ਲਿਆ ਜਾ ਰਹੇ, ਨੀਂਦ ਪੂਰੀ ਕਰਾਂਗੇ, ਫਿਰ ਮਿਲਾਂਗੇ ਅਲੀ ਵੀਡੀਓ ਦੇ ਨਾਲ। ਕੀ ਜਾਣਾ ਇਸ ਟਾਈਮ ਤੁਸੀਂ, ਮੈਨੂੰ ਆ ਰਹੀ ਹੈ ਬਹੁਤ ਜ਼ਿਆਦਾ ਨੀਂਦ, ਮੈਂ ਲੱਗਾ ਸੌਣ। ਕੀ ਜਾਣਾ ਮਿਲਾਂਗੇ ਤੁਸੀਂ ਅਲੀ ਨਵੀਂ ਵੀਡੀਓ ਦੇ ਨਾਲ। ਇਹ ਸੀ ਸਾਡਾ ਅੱਜ ਦਾ ਮਿੰਨੀ ਬਲੌਗ, ਬਹੁਤ ਛੋਟਾ ਬਲੌਗ ਸੀ, ਜਦੋਂ ਬੈਟਰੀ ਲੋਅ ਸੀ, ਤੁਸੀਂ ਇਸ ਵਾਰ ਬਲੌਗ ਵੀ ਛੋਟਾ ਬਣਿਆ।